ਪੂਰੇ ਸੰਸਾਰ ਵਿੱਚ ਪਹਿਲਾਂ ਹੀ ਗੱਤਕੇ ਦੇ ਜੌਹਰ ਵਿੱਚ ਆਪਣਾ ਨਾਮ ਕਮਾ ਚੁੱਕੇ ਨਵਾਂ ਸ਼ਹਿਰ ਦੇ ਦਲੇਰ ਖਾਲਸਾ ਗੱਤਕਾ ਗਰੁੱਪ ਵੱਲੋਂ ਜੱਜ ਰਣਦੀਪ ਸਿੰਘ ਕੋਹਲੀ, ਪੰਜਾਬ ਪ੍ਰਧਾਨ ਵਰਲਡ ਬੁੱਕ ਆਫ ਰਿਕਾਰਡ ਅਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਿਨੇ ਬੁਬਲਾਨੀ ਅਤੇ ਹੋਰ ਸੰਗਤਾਂ ਦੀ ਮੌਜੂਦਗੀ ਵਿੱਚ ਅੱਖਾਂ ਵਿੱਚ ਲੂਣ ਪਾ ਕੇ ਅਤੇ ਉੱਪਰੋਂ ਪੱਟੀ ਬੰਨ ਕੇ 1 ਮਿੰਟ ਵਿੱਚ 56 ਨਾਰੀਅਲ ਤੋੜ ਕੇ ਵਰਲਡ ਬੁੱਕ ਆਫ ਰਿਕਾਰਡ ਵਿੱਚ ਆਪਣਾ ਨਾਮ ਦਰਜ ਕਰਵਾਇਆ ਗਿਆ ਹੈ। ਇਸ ਮੌਕੇ ਜੱਜ ਰਣਦੀਪ ਸਿੰਘ ਕੋਹਲੀ ਅਤੇ ਡਿਪਟੀ ਕਮਿਸ਼ਨਰ ਵਿਨੇ ਬੁਬਲਾਨੀ ਨੇ ਗੱਤਕਾ ਟੀਮ ਨੂੰ ਮੁਬਾਰਕਬਾਦ ਦਿੱਤੀ। ਅੱਜ ਜੋ ਵਰਲਡ ਬੁੱਕ ਆਫ ਰਿਕਾਰਡ ਵੱਲੋਂ ਜਿਹੜੀ ਜ਼ਿੰਮੇਵਾਰੀ ਲਗਾਈ ਗਈ ਸੀ, ਮੈਂ ਰਣਦੀਪ ਸਿੰਘ ਕੋਹਲੀ, ਪੰਜਾਬ ਹੈੱਡ ਹੈਗਾ ਵਾਂ ਵਰਲਡ ਬੁੱਕ ਆਫ ਰਿਕਾਰਡ UK ਦਾ, ਅਤੇ ਅੱਜ ਦਲੇਰ ਖਾਲਸਾ ਗੱਤਕਾ ਗਰੁੱਪ ਵੱਲੋਂ ਜੋ ਕਿ ਨਵਾਂ ਸ਼ਹਿਰ SBS ਨਗਰ ਵਿੱਚ ਜਿਹੜਾ ਇੱਕ ਅੱਜ ਰਿਕਾਰਡ ਬਣਾਇਆ ਗਿਆ, ਜਿਸ ਦੇ ਤਹਿਤ ਅੱਜ ਇਹਨਾਂ ਨੇ ਜਿਹੜਾ ਆਪਣੇ ਅੱਖਾਂ ਦੇ ਵਿੱਚ ਲੂਣ ਪਾ ਕੇ ਪੱਟੀ ਬੰਨ ਕੇ ਅਤੇ ਜਿਹੜੇ 56 ਨਾਰੀਅਲ ਜੋ ਕਿ ਸਬੂਤੇ ਨਾਰੀਅਲ ਰੱਖੇ ਗਏ ਸੀਗੇ, ਉਸ ਨੂੰ ਹਥੌੜੇ ਨਾਲ ਇਹਨਾਂ ਨੇ ਤੋੜਿਆ ਅਤੇ ਬਹੁਤ ਹੀ ਹਿੰਮਤ ਨਾਲ ਇਹਨਾਂ ਨੇ ਸਾਰਾ ਕੀਤਾ। ਅਤੇ ਇਸ ਲਈ ਮੈਂ ਸਾਰੀ ਸਮੁੱਚੀ ਜਿਹੜੀ ਦਲੇਰ ਖਾਲਸਾ ਗੱਤਕਾ ਗਰੁੱਪ ਹੈ ਉਸ ਨੂੰ ਵਧਾਈ ਦੇਣਾ ਚਾਹੁੰਦਾ ਅਤੇ ਇਹ ਛੋਟੀ ਇਹਨਾਂ ਨੂੰ ਦੇਣਾ ਚਾਹੁੰਦਾ ਕਿ ਤੁਹਾਡਾ ਜਿਹੜਾ ਰਿਕਾਰਡ ਹੈ ਇਹ ਦਰਜ ਹੋ ਗਿਆ ਅਤੇ ਇਹਦੇ ਵਿੱਚ ਜਿਹੜੇ ਤੁਸੀਂ ਇਹ 56 ਨਾਰੀਅਲ ਤੋੜੇ ਹੈ, ਅਤੇ ਇਹਨਾਂ ਸਾਰੀ ਹੀ ਟੀਮ ਨੂੰ, ਸਮੁੱਚੀ ਟੀਮ ਨੂੰ ਮੈਂ ਵਧਾਈ ਦੇਣਾ ਚਾਹੁੰਦਾ। ਅੱਜ ਮੈਂ ਦਲੇਰ ਖਾਲਸਾ ਗਰੁੱਪ ਦਾ ਇੱਕ ਬਹੁਤ ਹੀ ਵਧੀਆ ਪ੍ਰੋਗਰਾਮ ਦੇਖਣ ਇਸ ਸਕੂਲ ਵਿੱਚ ਆਇਆ ਸੀ। ਜਦ ਮੈਂ ਆਇਆ ਸੀ ਤਾਂ ਮੈਨੂੰ ਇਹ ਮਹਿਸੂਸ ਹੋ ਰਿਹਾ ਸੀਗਾ ਕਿ ਇਹ ਮੁੰਡੇ ਬਹੁਤ ਹੀ ਕੋਈ ਵਧੀਆ ਐਕਟੀਵਿਟੀ ਕਰਨ ਲਈ ਇਕੱਤਰ ਹੋਏ ਨੇ, ਪਰ ਜਦੋਂ ਮੈਂ ਇਹਨਾਂ ਦੀ ਐਕਟੀਵਿਟੀ ਦੇਖੀ ਕਿ ਇਹਨਾਂ ਨੇ ਜਿਸ ਫੋਕਸ ਦੇ ਨਾਲ ਔਰ ਸਪੈਸ਼ਲੀ ਜਿਸ ਤਰ੍ਹਾਂ ਇਹਨਾਂ ਦੀ ਕੰਸਨਟ੍ਰੇਸ਼ਨ ਸੀਗੀ ਨਾਰੀਅਲ ਤੋੜਨ ਦੀ, ਉਹ ਵਾਕਈ ਇੱਕ ਸ਼ਲਾਘਾਯੋਗ ਕਦਮ ਸੀ। ਬਹੁਤ ਹਿੰਮਤ ਔਰ ਬੜੀ ਹੀ ਕੰਸਨਟ੍ਰੇਸ਼ਨ ਨਾਲ ਇਹਨਾਂ ਨੇ ਉਹਤੇ ਕੰਮ ਕੀਤਾ, ਔਰ ਜੋ ਮੈਨੂੰ ਦੇਖਣ ਵਿੱਚ ਆਇਆ ਇਹਨਾਂ ਨੇ 56 ਨਾਰੀਅਲ ਤੋੜੇ। ਔਰ ਵੱਡੀ ਗੱਲ ਸਭ ਤੋਂ ਇਹ ਸੀਗੀ ਕਿ ਅੱਖਾਂ ਬੰਦ ਕਰਨੀਆਂ ਔਰ ਸੱਚੇ ਪਾਤਸ਼ਾਹ ਵਾਹਿਗੁਰੂ ਦਾ ਨਾਮ ਲੈਣਾ ਔਰ ਫੋਕਸ ਕਰਕੇ ਅਤੇ ਕੰਸਨਟ੍ਰੇਸ਼ਨ ਨਾਲ ਇੱਕਦਮ 56 ਨਾਰੀਅਲ ਤੋੜਨੇ ਬਹੁਤ ਹੀ ਸ਼ਲਾਘਾਯੋਗ ਸੀ। ਔਰ ਮੈਂ ਇਹ ਜੇ ਈਵੈਂਟ ਨਾ ਦੇਖਦਾ ਤਾਂ ਸ਼ਾਇਦ ਮੈਂ ਆਪਣਾ ਕੋਈ ਕੈਰੀਅਰ ਦੇ ਵਿੱਚ ਬਹੁਤ ਵੱਡਾ ਈਵੈਂਟ ਮਿਸ ਕਰਦਾ। ਔਰ ਮੈਂ ਇਹਨਾਂ ਨੂੰ ਜਿੱਥੇ ਵਧਾਈ ਦਿੰਦਾ ਉੱਥੇ ਮੈਂ ਇਹਨਾਂ ਨੂੰ ਇਹ ਅਪੀਲ ਵੀ ਕੀਤੀ ਹੈ ਕਿ ਇਹ ਗਰੁੱਪ ਹੁਣ ਸਾਡੇ ਨਾਲ ਜੁੜੇ, ਡਰੱਗਸ ਨੂੰ ਛੱਡਣ ਦੀ ਕੰਪੇਨ ਦੇ ਉੱਪਰ ਜਿਹੜਾ ਜਾਂ ਅਸੀਂ ਇਹ ਕਰੀਏ ਜਿਹੜੇ ਡਰੱਗ ਅਬਿਊਜ਼ 'ਚ ਆ ਗਏ ਨੇ ਉਹਨਾਂ ਨੂੰ ਕਿਸ ਤਰ੍ਹਾਂ ਠੀਕ ਕਰਨਾ, ਉਹਨਾਂ ਨੂੰ ਇਹਨਾਂ ਇਹੋ ਜਿਹੇ ਸਪੈਸ਼ਲੀ ਬੱਚੇ ਜਿਹੜੇ ਫੋਕਸ ਨੇ ਜਿਨ੍ਹਾਂ ਨੇ ਇੱਕ ਮਹੱਤਵਪੂਰਨ ਕਦਮ ਚੁੱਕੇ ਹੋਏ ਨੇ ਉਹ ਸਾਡਾ ਸਾਥ ਦੇਣ। ਔਰ ਇਹਨਾਂ ਨੇ ਕਮਿਟ ਕੀਤਾ ਹੈ ਕਿ ਜਿੱਥੇ ਵੀ ਅਸੀਂ ਕਿਤੇ ਜਾਵਾਂਗੇ ਉੱਥੇ ਕੋਸ਼ਿਸ਼ ਕਰਾਂਗੇ ਕਿ ਅਸੀਂ ਆਮ ਲੋਕਾਂ ਤੱਕ ਜੋ ਇਹ ਅਬਿਊਜ਼ ਹੈ ਡਰੱਗਸ ਦਾ ਉਹਦਾ ਸੁਨੇਹਾ ਦੇਵਾਂਗੇ। ਔਰ ਇਹਨਾਂ ਨਾਲ ਮੈਨੂੰ ਅੱਜ ਇੱਥੇ ਆ ਕੇ ਵੀ ਮਹਿਸੂਸ ਹੋਇਆ ਕਿ ਇਹ ਟੀਮ ਬਹੁਤ ਵੱਡੀ ਟੀਮ ਹੈ ਜਿਹੜੀ ਕਿ ਲਗਾਤਾਰ ਆਪਣੇ ਕੰਮ ਵਿੱਚ ਲੱਗੀ ਹੈ ਔਰ ਇਹਨਾਂ ਨੇ ਅੱਗੇ ਜਾ ਕੇ 56 ਨੂੰ ਵੀ ਹੋਰ ਵੱਡੀ ਸੰਖਿਆ ਵਿੱਚ ਲੈ ਲਿਆ। ਦੇਸ਼ਾਂ ਵਿਦੇਸ਼ਾਂ ਵਿੱਚ ਬੈਠੀ ਸਮੂਹ ਸੰਗਤ ਨੂੰ ਦਲੇਰ ਖਾਲਸਾ ਗਰੁੱਪ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਡੇ ਲਈ ਬਹੁਤ ਹੀ ਮਾਣ ਵਾਲਾ ਦਿਨ ਹੈ ਕਿਉਂਕਿ ਅੱਜ ਦਲੇਰ ਖਾਲਸਾ ਗਰੁੱਪ ਨੇ ਵਰਲਡ ਬੁੱਕ ਆਫ ਰਿਕਾਰਡ ਇੰਗਲੈਂਡ ਵਿੱਚ ਆਪਣਾ ਨਾਮ ਦਰਜ ਕਰਵਾਇਆ ਆ। ਸੋ ਮੈਂ ਆਪਣੇ ਵੱਲੋਂ ਅਤੇ ਆਪਣੇ ਗਰੁੱਪ ਵੱਲੋਂ ਸਮੂਹ ਸੰਗਤ ਨੂੰ ਇਸ ਰਿਕਾਰਡ ਦੀ ਬਹੁਤ ਬਹੁਤ ਵਧਾਈ ਦਿੰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।